ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਕਬੂਤਰ ਅਸੀਂ ਤੁਹਾਨੂੰ ਦਿਖਾ ਰਹੇ ਜੀ, ਇਹ ਮੇਰੇ ਫਰੈਂਡ ਨੂੰ ਮਿਲਿਆ ਕਬੂਤਰ ਜੀ। ਇਹ ਬਰਮਿੰਘਮ ਤੋਂ ਇੱਥੇ ਬੁਲਵਰਹੈਂਪਟਨ ਤੱਕ ਜੀ ਉੜ ਕੇ ਆਇਆ, ਅਤੇ ਇਸ ਕਬੂਤਰ ਦੀ ਕੀਮਤ ਹੈ ਜੀ 1000 ਪਾਉਂਡ। ਅਤੇ ਅਸੀਂ ਇਸ ਕਬੂਤਰ ਨੂੰ ਬਿੱਲੀ ਖਾਣ ਨੂੰ ਫਿਰਦੀ ਸੀ, ਅਸੀਂ ਉਹਨੂੰ ਬਿੱਲੀ ਦੇ ਮੂੰਹ ਦੇ ਵਿੱਚੋਂ ਬਚਾਇਆ, ਅਤੇ ਪਰ ਜਦੋਂ ਇਹਦੇ ਅਸੀਂ ਇਹਨੂੰ ਦੇਖਿਆ, ਚੈੱਕ ਕੀਤਾ, ਅਤੇ ਇਹਦੇ ਪੈਰਾਂ ਦੇ ਵਿੱਚ ਆ ਦੇਖੋ ਮੋਬਾਈਲ ਨੰਬਰ ਲਿਖਿਆ ਸੀ ਮਾਲਕ ਦਾ। ਪਰ ਅਸੀਂ ਜਦੋਂ ਕੰਟੈਕਟ ਕੀਤਾ ਤਾਂ ਇਹ ਜਿਹੜਾ ਕਬੂਤਰ ਇਹ ਬਰਮਿੰਘਮ ਤੋਂ ਬੁਲਵਰਹੈਂਪਟਨ ਤੱਕ ਆਇਆ ਜੀ। ਸਾਨੂੰ ਬੜੀ ਖੁਸ਼ੀ ਹੈ, ਅਸੀਂ ਇਹਨੂੰ ਵਾਪਸ ਕਰ ਰਹੇ ਹਾਂ। ਮੈਂ ਆਪਣੇ ਫਰੈਂਡ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਕਬੂਤਰ ਨੂੰ ਬਹੁਤ ਪਿਆਰ ਦੇ ਨਾਲ ਇਹਨੂੰ ਜਿਹੜਾ ਲੁੱਕ ਆਫਟਰ ਕੀਤੀ ਆ। ਮੈਂ ਪਾਣੀ ਪੜਾਇਆ, ਖਾਣਾ ਪਾਣੀ ਪੜਾਇਆ ਸੀ ਇਹਨਾਂ ਦਾ, ਅਸੀਂ ਧੰਨਵਾਦ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਜਾਨਵਰਾਂ ਦੀ ਜਿਹੜੀ ਉਹ ਜਾਨ ਦੀ ਰਖਵਾਲੀ ਹੋਣੀ ਚਾਹੀਦੀ ਆ। ਸਾਰਿਆਂ ਦਾ ਧੰਨਵਾਦੀ ਹਾਂ, ਅਤੇ ਇਸ ਕਰਕੇ ਆਪਣੇ ਜਾਨਵਰਾਂ ਦੀ ਰਾਖੀ ਰੱਖੋ, ਚਾਹੇ ਬਾਂਦਰ ਹੋਵੇ, ਕੁੱਤਾ ਹੋਵੇ, ਬਿੱਲਾ ਹੋਵੇ। ਇਹਨੂੰ ਬਰਮਿੰਘਮ ਤੋਂ ਲੈਣ ਵਾਸਤੇ ਆ ਰਿਹਾ ਜੀ। ਬਰਮਿੰਘਮ ਇੰਗਲੈਂਡ ਦੇ ਵਿੱਚ ਆ, ਕਿਸਾਨ ਨਾਲੋਂ ਵਧੀਆ ਕੀਮਤ ਜਾਨਵਰ ਦੀ ਇਸ ਟਾਈਮ 'ਤੇ ਦੇਖੋ। ਹਾਂਜੀ ਠੀਕ ਹੈ ਨਾ, ਠੀਕ ਹੈ। ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਠੀਕ ਹੈ। ਅਤੇ ਅਸੀਂ ਕਬੂਤਰ ਨੂੰ ਵਾਪਸ ਕਰ ਰਿਹਾ ਜੀ, ਉਹ ਆ ਰਹੇ ਆ, ਅਤੇ ਫਿਰ ਤੁਹਾਨੂੰ ਅਸੀਂ ਬਾਅਦ ਵਿੱਚ ਰਿਪੋਰਟ ਦੇਵਾਂਗੇ ਜੀ। ਓਕੇ, ਥੈਂਕ ਯੂ ਵੈਰੀ ਮੱਚ ਸਾਰਿਆਂ ਦਾ। ਓਕੇ ਜੀ।